बादल साहब नाल कोई गिला नहीं, मैनू ये लोड़ पै गई भी साढ़े धर्म स्थानां दा कान करता साडा पंजाब सारा लुट लिया। सुखबीर सिंह नूं असीं उहदे चों कढ़िया होया, जे दुबारा रजिस्टर कराउणा होऊगा कोई इही जी गल होऊगी। पहली गल तां उहने 5-4 महीने च वैसे ही भज जाणा। ਕੱਢਿਆ ਹੋਇਆ ਪਾਰਟੀ ਚੋਂ 23 ਤਾਰੀਖ ਨੂੰ ਸਾਡੀ ਸੰਗਰੂਰ ਪਾਰਟੀ ਚੋਂ ਕੱਢ ਦਿੱਤਾ ਸੀ, ਅੱਜ ਉਹਨਾਂ ਨੇ ਮੋਹਰ ਲਾ ਦੀ ਹੈ। ਹਾਂ, ਜਦੋਂ ਵਰਕਰ ਆਇਆ ਉਹ ਵੀ ਜ਼ਿਆਦਾ ਆ ਗਏ, ਇਨਕਮ ਤੋਂ ਯਾਰ ਜਦੋਂ ਰਜਿਸਟਰੇਸ਼ਨ ਕੀ ਬਾਤ ਆਊਗਾ ਉਦੋਂ ਦੇਖਾਂਗੇ। ਅਸੀਂ ਉਹਨੂੰ ਹਿਲਾਵਾਂਗੇ, ਉਹਨੂੰ ਹਟਾ ਕੇ ਅਸੀਂ ਅੱਜ ਉਹਨੂੰ ਚੁਣਿਆ। ਮੈਨੂੰ ਮੁੱਦੇ ਇਸ ਕਰਕੇ ਕਿਉਂਕਿ ਬਦਨਾਮ ਕਰਤਾ ਸ਼੍ਰੋਮਣੀ ਕਮੇਟੀ ਨੂੰ, ਖਾ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਤਾ, ਸਾਰੇ ਵਰਕਰ ਬਾਹਰ ਚਲੇ ਗਏ, ਇਸ ਕਰਕੇ ਉਹਨੂੰ ਕੱਢਿਆ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਾਰੀ ਫਿਰ ਗਠਨ ਹੋਇਆ। ਅੱਜ ਤੁਹਾਨੂੰ ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਦੀ ਜਿਹੜੀ ਅੱਜ ਉਹਨਾਂ ਨੂੰ ਪ੍ਰਧਾਨਗੀ ਦੀ ਦਿੱਤੀ ਗਈ ਹੈ। ਅਗਰ ਗੱਲ ਕਰੀਏ ਹੁਣ ਸਾਡੇ ਨਾਲ ਇਸ ਸਮੇਂ ਜਗਦੀਸ਼ ਸਿੰਘ ਗਰਚਾ ਜੀ ਹੈਗੇ ਨੇ, ਅਤੇ ਗਰਚਾ ਜੀ ਤੁਸੀਂ ਵੀ ਬਾਦਲ ਸਾਹਿਬ ਦੇ ਨਾਲ ਕਾਫੀ ਕੰਮ ਕੀਤਾ। ਅੱਜ ਮੈਂ ਬਾਦਲ ਸਾਹਿਬ ਨੇ ਜ਼ਿੰਦਗੀ ਲਾਈ ਹੈ, ਕਾਫੀ ਕਿਉਂ ਕਰੇ। ਬਿਲਕੁਲ, ਜ਼ਿੰਦਗੀ ਲਾਉਣ ਤੋਂ ਬਾਅਦ ਅੱਜ ਤੁਹਾਨੂੰ ਕੀ ਲੋੜ ਪੈ ਗਈ ਕਿ ਅੱਜ ਪਾਰਟੀ ਦਾ ਨਾਮ ਜਿਹੜਾ ਹੈਗਾ? ਮੈਨੂੰ ਬਾਦਲ ਸਾਹਿਬ ਨਾਲ ਕੋਈ ਗਿਲਾ ਨਹੀਂ। ਮੈਨੂੰ ਇਹ ਲੋੜ ਪੈ ਗਈ ਵੀ ਸਾਡੇ ਧਰਮ ਸਥਾਨਾਂ ਦਾ ਕਾਣ ਕਰਤਾ ਸਾਡਾ ਪੰਜਾਬ ਸਾਰਾ ਲੁੱਟ ਲਿਆ, ਨੌਜਵਾਨੀ ਨੂੰ ਨਸ਼ਿਆਂ 'ਚ ਗੁਲਤਾਨ ਕਰਕੇ ਹੁਣ ਉਹ ਭੱਜੇ ਜਾਂਦੇ ਨੇ ਬਾਹਰ ਨੂੰ। ਕਿਸਾਨ ਹੈ ਜਿਹੜਾ ਉਹ ਕਰਜ਼ਾ ਚੜ੍ਹ ਗਿਆ, ਉਹਦੇ 'ਤੇ ਖੁਦਕਸ਼ੀਆਂ ਕਰ ਰਿਹਾ। ਇਹ ਸਾਰੀਆਂ ਮਿਹਰਬਾਨੀਆਂ 10 ਸਾਲਾਂ ਰਾਜ ਦੀਆਂ ਨੇ। ਮੈਨੂੰ ਇਹ ਤਕਲੀਫ ਹੋਈ, ਮਨ ਵੀ ਭਰਿਆ ਹੋਇਆ ਅੱਜ, ਕਿਉਂਕਿ ਪਾਰਟੀ ਜਿਹੜਾ ਨਵਾਂ ਗਠਨ ਹੋਇਆ, ਨਾਮ ਵੀ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ ਗਿਆ। ਨਵਾਂ ਨਹੀਂ ਰੱਖਿਆ ਗਿਆ, ਨਾਮ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਹੈ। ਸਰ ਸੁਖਬੀਰ ਸਿੰਘ ਨੂੰ ਅਸੀਂ ਉਹਦੇ ਚੋਂ ਕੱਢਿਆ ਹੋਇਆ, ਜੇ ਦੁਬਾਰਾ ਰਜਿਸਟਰ ਕਰਾਉਣਾ ਪਊਗਾ ਕੋਈ ਇਹੀ ਜਿਹੀ ਗੱਲ ਹੋਊਗੀ। ਪਹਿਲੀ ਗੱਲ ਤਾਂ ਉਹਨੇ 5-4 ਮਹੀਨੇ 'ਚ ਵੈਸੇ ਹੀ ਭੱਜ ਜਾਣਾ, ਜੇ ਨਾ ਭੱਜੂਗਾ ਰਜਿਸਟਰ ਕਰਾਉਣਾ ਪਊਗਾ, ਫਿਰ ਡੈਮੋਕਰੇਟਿਕ ਨਾਲ ਨਾਮ ਲਾ ਦਾਂਗੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ, ਹੁਣ ਇਲੈਕਸ਼ਨ ਜਿਹੜੇ 2022 ਦੇ ਆਉਣਗੇ, ਅਤੇ ਨਵੇਂ ਚਿਹਰੇ ਤੁਹਾਡੇ ਨਾਲ ਕਿਹੜੇ ਕਿਹੜੇ? ਨਵੇਂ ਚਿਹਰੇ ਜਿਹੜੇ ਸਾਰਾ ਪੰਜਾਬ ਜੁੜੂਗਾ। ਬੜੀ ਵੱਡੀ ਗੱਲ ਹੈ ਜੀ। ਹਾਂ, ਸਾਰਾ ਪੰਜਾਬ ਜੁੜੂਗਾ, ਜਿਹੜਾ ਜਿਹਦੇ 'ਤੇ ਅੱਤ 'ਤੇ ਰੱਬ ਦਾ ਵੈਰ ਹੁੰਦਾ। ਤੁਸੀਂ ਬਰਗਾੜੀ ਕਾਂਡ ਦੇ ਵਿੱਚ 100% ਸੱਚਾਈ। ਬਰਗਾੜੀ ਕਾਂਡ ਦੇ ਨਾਲ ਜਿਹੜੇ ਬਾਕੀ ਦੇ ਕਾਂਡ ਨਾਲ ਉਹਦੇ ਜੋੜੇ ਗਏ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਮਿਸ਼ਨਰ ਨਾਲ ਮਿਲ ਕੇ ਕਬੱਡੀ ਬੇਅਦਬੀ ਕਰਾਈ। ਉਹ ਜਿਹੀ ਕਾਂਡ ਇੱਕ ਕਬੱਡੀ ਪਿੰਡ ਕਰਿਆ ਜਿਹੜਾ ਮੇਰੇ ਪਿੰਡ ਦੇ ਨਾਲ ਹੈ। ਹਾਂ, ਤਾਂ ਹੀ ਮੇਰਾ ਮਨ ਭਰਿਆ। ਮੈਂ ਬਾਦਲ ਸਾਹਿਬ ਨੂੰ ਕਿਹਾ ਵੀ ਆਹ ਮੁਲਜ਼ਮ ਨੇ, ਫੜੋ ਇਹਨਾਂ ਨੂੰ। ਉਹਨਾਂ ਨੇ IG ਭੇਜਤਾ, DGP ਭੇਜਤਾ, DGP ਇਨਕੁਆਇਰੀ ਕਰਨ ਇੱਥੇ ਸੁਖਬੀਰ ਦੇ ਤੋਂ ਇੱਕ ਬੇਗੁਨਾਹ ਜਿਹੜਾ ਗ੍ਰੰਥੀ ਤੀ ਉਹਦੇ 'ਤੇ ਪਰਚਾ ਕਰਾਤਾ, ਇੱਕ ਗੁਨਾਹਗਾਰ ਬੀਬੀ 'ਤੇ ਕਰਾਤਾ। ਨਵਜੋਤ ਸਿੰਘ ਸਿੱਧੂ ਬਹੁਤ ਅੱਛੇ ਆਦਮੀ ਨੇ, ਬੁਲਾਉਂਗੇ ਤੁਸੀਂ ਆਪਣੀ ਪਾਰਟੀ 'ਚ? ਬਿਲਕੁਲ ਬਿਲਕੁਲ ਸਰ ਜੀ, ਸਰ ਹਾਂ ਕਰਦੇ ਹਾਂ। ਕੀ ਕਹਿੰਦੇ ਉਹਨੂੰ? ਅਸੀਂ ਕਹਿੰਦੇ ਆ ਜਾ ਸਿੱਧੂ ਸਾਹਿਬ ਨੂੰ, ਨਵਜੋਤ ਸਿੰਘ ਸਿੱਧੂ ਨੂੰ, ਜਿਹੜਾ ਬਹੁਤ ਹੀ ਅੱਛਾ ਆਦਮੀ ਹੈ, ਜਿਹਦਾ ਕਰੈਕਟਰ ਬਹੁਤ ਅੱਛਾ ਹੈ,
ਜਿਹੜਾ ਬਿਲਕੁਲ 100% ਇਮਾਨਦਾਰ ਪ੍ਰੂਵ ਹੋਇਆ ਹੋਇਆ ਹੈ। ਉਹ ਜਿਹੇ ਆਦਮੀ ਤਾਂ ਉਹ ਜਿਹੇ ਆਦਮੀਆਂ ਦੀ ਸਾਨੂੰ ਲੋੜ ਹੈ। ਜਿਹੜਾ ਅਕਾਲੀ ਪ੍ਰਧਾਨ ਹੈ ਉਹ ਕਿਰਾਏ ਪੈ ਗਿਆ ਹੈ ਅਤੇ ਨਾ ਤਾਂ ਉਹਨੇ ਅਕਾਲੀ ਦਲ ਦੀ ਸਭਤਾ ਨੂੰ ਕਾਇਮ ਰੱਖਿਆ ਹੈ ਨਾ ਉਹਨੇ ਕੋਈ ਅਕਾਲੀ ਗੱਲ ਕਰੀ। ਉਹਨੂੰ ਤਾਂ ਇੱਕ ਪ੍ਰਾਈਵੇਟ ਲਿਮਿਟਡ ਪਾਲਟ ਗਰੁੱਪ ਬਣਾ ਲਿਆ ਹੈ ਉਹਨੇ ਜਿਹੜੇ ਅਕਾਲੀ ਸੀਗੇ ਜਿਨ੍ਹਾਂ ਨੇ ਰਾਜ ਭਾਗ ਲਿਆਂਦਾ ਮਿਹਨਤਾਂ ਕਰੀਆਂ ਉਹਨਾਂ ਨੂੰ ਸਾਰਿਆਂ ਨੂੰ ਇਗਨੋਰ ਮਾਰਤਾ। ਉਹ ਇਸ ਕਰਕੇ ਮਾਰਤਾ ਵੀ ਜਿਹੜੇ ਕੁਰਬਾਨੀ ਵਾਲੇ ਨੇ ਉਹਨੂੰ ਕਦੇ ਨਾ ਕਦੇ ਕੋਈ ਸਵਾਲ ਕਰਦਾ ਮੈਨੂੰ ਜਵਾਬ ਦੇਣਾ ਹੁੰਦਾ। ਜਿਹੜਾ ਮੈਂ ਲਟੇਰਾ ਟੋਲਾ ਪਾਲਦਾ ਉਹ ਮੇਰੇ ਰਹਿਮ ਕਰਮ 'ਤੇ ਆ ਉਹ ਮੈਨੂੰ ਕੋਈ ਸਵਾਲ ਜਵਾਬ ਨਹੀਂ ਕਰਦਾ। ਤੁਹਾਡੀ ਅਗਵਾਈ ਦੇ ਵਿੱਚ ਬਣੀ ਹੈ ਪਾਰਟੀ, ਤੁਸੀਂ ਤੁਸੀਂ ਕਾਫੀ ਦੇਰ ਰਹੇ ਹੋ ਪਾਰਟੀ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ। ਮੈਂ ਤਾਂ ਮੇਰਾ ਤਾਂ 9 ਮਾਸ ਦਾ ਰਿਸ਼ਤਾ ਸੀ ਫਿਰ ਅੱਜ ਛੱਡ ਕੇ ਆਏ ਹੋ, ਕੀ ਗੁੱਸਾ ਸੀ? ਮੈਨੂੰ ਬਾਦਲ ਸਾਹਿਬ ਦਾ ਕੋਈ ਗਿਲਾ ਨਹੀਂ, ਸੁਖਬੀਰ ਸੁਖਬੀਰ ਇੱਜ਼ਤ ਨਹੀਂ ਸੀ ਕਰਦਾ ਮੈਂ ਕੋਈ ਨਾ ਤਾਂ ਟਿਕਟ ਦਾ ਚਾਹਵਾਨ ਨਾ ਕੋਈ ਹੋਰ। ਹਰ ਬੰਦਾ ਇਨਸਾਨ ਇੱਜ਼ਤ ਭਾਲਦਾ ਉਹ ਇਗਨੋਰ ਮਾਰਨ ਲੱਗ ਗਿਆ। ਕਈ ਸਾਲ ਤੋਂ ਬਾਦਲ ਸਾਹਿਬ ਨੂੰ ਵੀ ਕਿਹਾ ਬਈ ਇਹ ਮੇਰੀ ਇੱਜ਼ਤ ਨਹੀਂ ਕਰਦਾ ਹੈ, ਉਹ ਕਹਿੰਦਾ ਕਾਹਤੇ ਨਹੀਂ ਕਰੋ, ਸਭ ਤੋਂ ਪਹਿਲਾਂ ਤੂੰ ਕਿਹਾ ਇਹਨੂੰ ਚੀਫ ਮਿਨਿਸਟਰ ਬਣਾਓ ਪਰ ਪਤਾ ਨਹੀਂ ਇੱਥੇ ਦਰਦ ਨਾ ਉਹ ਗਲਤ ਬੰਦਿਆਂ ਦੇ ਹੱਥ ਲਾ ਕੇ ਲਟੇਰੇ ਟੋਲੇ ਦੇ ਹੱਥ ਲਾ ਕੇ ਉਹਨੂੰ ਸਵਾਏ ਲੁੱਟਣ ਅਤੇ ਕੁੱਟਣ ਅਤੇ ਜਿਹੜਾ ਬੰਦਾ ਗਲਤ ਬੰਦਿਆਂ ਦੇ ਹੱਥ ਚੜ੍ਹ ਜਾਏ ਉਹ ਫਿਰ ਗਲਤ ਹੀ ਕੰਮ ਕਰਦਾ ਹੈਂ। ਜੇ ਤਾਂ ਉਹ ਪਿਓ ਦੀ ਸਲਾਹ ਲੈਂਦਾ ਰਹਿੰਦਾ ਫਿਰ ਤਾਂ ਉਹ ਠੀਕ ਰਹਿੰਦਾ, ਉਹ ਪਿਓ ਦੀ ਸਲਾਹ ਮੰਨਣ ਨੂੰ ਹਟ ਗਿਆ। ਬਾਲ ਸਾਹਿਬ ਦਾ ਬਹੁਤ ਵਧੀਆ ਨੇ ਇਨਸਾਨ। ਤੁਸੀਂ ਪਾਰਟੀ ਨਾਲ ਨੂੰ ਮਸਾ ਲੱਗ ਰਿਹਾ ਬਰਗਾੜੀ ਕਾਂਡ ਦੇ ਵਿੱਚ ਹੱਥ ਕੀਤਾ ਸੀ? ਮਾੜਾ ਹੋਇਆ ਇਹਨਾਂ ਦਾ ਸੁਖਬੀਰ ਦਾ, ਇਹਨੇ ਆਪਦੀਆਂ ਵੋਟਾਂ ਲਈ ਬਰਗਾੜੀ ਕਾਂਡ ਨੂੰ ਦੱਬਤਾ ਹੈ ਜੀ। ਉਹ ਫੜ ਲਏ ਸੀ ਬੰਦੇ, ਇਹਨੇ ਛਡਵਾਏ, ਫੜ ਨਹੀਂ ਦਿੱਤੇ ਜਿਹੜੇ ਪ੍ਰੇਮੀ ਸੀ, ਇਹਨਾਂ ਗੱਲਾਂ ਕਰਕੇ ਤਾਂ ਇਹ ਮਰਿਆ। ਕੀ ਇਹ ਗਰਚਾ ਸਾਹਿਬ ਸੀ ਜਿਹੜੇ ਕਿ ਹੁਣ ਅਕਾਲੀ ਦਲ ਨੂੰ ਛੱਡ ਕੇ ਆ ਚੁੱਕੇ ਨੇ ਅਤੇ ਨਾਲ ਹੀ ਉਹਨਾਂ ਨੇ ਨਵੀਂ ਪਾਰਟੀ ਜਿਹੜੀ ਪੁਰਾਣੀ ਮਹਾਂਪੋਲੀ ਪਾਰਟੀ ਸੀਗੀ ਉਹਨੂੰ ਉਹੀ ਨਾਮ ਜਿਹੜਾ ਹੈਗਾ ਉਹਨਾਂ ਨੇ ਗਠਿਤ ਕੀਤਾ ਅਤੇ ਹੁਣ ਆਉਣ ਵਾਲਾ ਸਮੇਂ ਦੱਸੇਗਾ ਜਿਹੜੀ ਇਹ ਦੌੜ ਹੈ ਰਾਜਨੀਤੀ ਦੀ, ਸਿਆਸਤ ਦੀ ਦੌੜ ਹੈ ਉਹ ਕਿੱਥੇ ਤੱਕ ਜਾਂਦੀ ਹੈ। ਲੁਧਿਆਣਾ ਤੋਂ ਅਭਿਸ਼ੇਕ ਬੈਲ ਦੇ ਨਾਲ ਅਮਨਦੀਪ ਖੈਰ।